ਮਤਲਬ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਹੋਈ ਹੈ, ਯਾਨੀ ਸਰਟੀਫਿਕੇਟ ਹੈ ਤੁਹਾਡੇ ਕੋਲ? ਸਰਟੀਫਿਕੇਟ ਵੀ ਹੈ ਸਰ। ਠੀਕ ਹੈ ਜੀ। ਇੱਕ ਚਮਕੌਰ ਸਿੰਘ ਜੀ, ਆਮ ਜਿਵੇਂ ਲੋਕ ਨਾ ਬਈਏ ਨੇ ਖਾਸ ਕਰਕੇ ਯੂਪੀ ਦੇ, ਉਹ ਸੜਕਾਂ ਦੇ ਕੰਢੇ ਉਹਨਾਂ ਨੇ ਘੁਲਾੜ ਲਾਏ ਹੋਏ ਨੇ ਤੇ ਉਹ ਕੱਚਾ ਗੁੜ ਕੱਢ ਰਹੇ ਨੇ ਜੀ ਜੀ, ਕੀ ਆਪਣੇ ਘੁਲਾੜਾਂ ਦੇ ਵੀ ਇਸ ਤਰ੍ਹਾਂ ਹੁੰਦਾ ਹੈ? ਆਪਣਾ ਦੇਖੋ ਪੰਜਾਬ 'ਚੋਂ ਸਟੇਟ ਅਵਾਰਡ ਆਪਣੇ ਕੋਲ। ਅੱਛਾ, ਸਮਝਿਆ, ਪੂਰਾ ਟੌਪ ਕੀਤਾ ਪਹਿਲਾਂ ਪਿਛਲੇ ਸਾਲ ਪੰਜਾਬ ਤੋਂ, ਸਭ ਤੋਂ ਪਹਿਲਾਂ ਬਰਗਾੜੀ ਵਾਲਿਆਂ ਕੋਲ ਸੀ ਉਹ। ਅੱਛਾ ਅੱਛਾ। ਤੇ ਇੱਕ ਵੀ ਤੁਪਕਾ ਅਸੀਂ ਕੱਚੇ ਰਸ ਦਾ ਨਹੀਂ ਪਾਉਂਦੇ, ਇੱਕ ਨੰਬਰ ਦੀ ਚੀਜ਼ ਬਣਾਉਂਦੇ ਸਾਰੀ। ਅੱਛਾ, ਤੁਸੀਂ ਸਟੇਟ ਅਵਾਰਡ ਹੋ? ਹਾਂਜੀ ਸਟੇਟ। ਜਾਨੀ ਭੁਪਿੰਦਰ ਸਿੰਘ ਬਰਗਾੜੀ ਤੋਂ ਬਾਅਦ ਤੁਹਾਨੂੰ ਮਿਲਿਆ? ਹਾਂਜੀ, ਸਾਨੂੰ ਮਿਲਿਆ ਜੀ। ਵਾਹ ਜੀ ਵਾਹ, ਬਹੁਤ ਤੁਹਾਨੂੰ ਵਧਾਈਆਂ ਜੀ। ਹਾਂਜੀ, ਤੁਹਾਨੂੰ। ਤੇ ਇੱਕ ਚਮਕੌਰ ਸਿੰਘ ਜੀ, ਜਿਹੜਾ ਇਹਦੇ 'ਚ ਮੈਲ ਉਤਾਰੀ ਜਾਂਦੀ ਹੈ, ਉਹ ਤੁਸੀਂ ਭਿੰਡੀ ਨਾਲ ਉਤਾਰਦੇ ਹੋ ਜਾਂ ਕੈਮੀਕਲ ਨਾਲ? ਨਾ, ਭਿੰਡੀ ਨਾਲ ਉਤਾਰਦੇ। ਭਿੰਡੀ ਨਾਲ? 5 ਸਾਲ ਪਹਿਲਾਂ ਤੁਸੀਂ ਭਿੰਡੀ ਨਾਲ ਉਤਾਰਨ ਲੱਗੇ ਹਾਂ ਅਸੀਂ, ਸਭ ਤੋਂ ਬਾਅਦ ਇਹ ਭਿੰਡੀ ਨਾਲ ਉਤਾਰਨ ਲੱਗੇ ਨੇ। ਅੱਛਾ, ਆਮ ਤੌਰ 'ਤੇ ਨਾ ਲੋਕਾਂ ਦਾ ਇੱਕ ਖਿਆਲ ਹੈ ਵੀ ਜਿਹੜਾ ਤੁਸੀਂ ਜਦੋਂ ਗੁੜ ਨੂੰ ਉਤਾਰਦੇ ਹੋ ਉਹ ਕੜਾਹੇ ਦੇ ਵਿੱਚ ਜਦੋਂ ਪੂਰਾ ਗੁਲਾਬੀ ਹੋ ਜਾਵੇ ਨਾ ਵੀ ਉਦੋਂ ਕੱਢਣਾ ਚਾਹੀਦਾ ਹੈ, ਤੇ ਕੜਾਹਾ ਹਮੇਸ਼ਾ ਜਦੋਂ ਪਲਟਿਆ ਜਾਂਦਾ ਉਦੋਂ ਕੁਆਲਿਟੀ ਨਿਕਲਦੀ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਪੂਰੇ ਪੱਕੇ ਬਿਨਾਂ ਜੇ ਕੰਮ ਨਹੀਂ ਆਉਂਦਾ ਹੈ। ਅੱਛਾ। ਹਾਂਜੀ, ਫਿਰ ਲੰਬੇ ਸਮੇਂ ਤੱਕ ਜੇ ਰੱਖਣਾ ਤਾਂ ਇਹਨੂੰ ਪੂਰਾ ਪਕਾਉਣਾ ਪੈਂਦਾ ਢੰਗ ਨਾਲ। ਹਾਂਜੀ ਹਾਂਜੀ। ਤੇ ਫਿਰ ਇਹਦਾ ਮਤਲਬ ਇਹਨੂੰ ਲੰਬੇ ਸਮੇਂ ਆਪਾਂ ਨਹੀਂ ਰੱਖ ਸਕਦੇ? ਜਿਹੜਾ ਹੁਣ ਬਣਾ ਜਿਹੜਾ ਅਸੀਂ ਬਣਾਉਂਦੇ ਹਾਂ ਪੂਰਾ ਲੰਬਾ ਸਮਾਂ ਰੱਖੂ? ਅੱਛਾ, 1 ਸਾਲ ਤੱਕ ਪਿਆ ਰਿਹਾ, ਕੁਛ ਨਹੀਂ ਹੁੰਦਾ? ਅੱਛਾ ਹਾਂਜੀ, ਠੀਕ ਹੈ। ਅਤੇ ਇਹ ਕਿੰਨਾ ਗੁੜ ਨਿਕਲ ਜਾਂਦਾ ਜੀ, ਜਿਵੇਂ ਮੰਨ ਲਓ 10 ਕੁਇੰਟਲ ਗੰਨਾ, ਉਹਦੇ 'ਚੋਂ ਕਿੰਨਾ ਗੁੜ ਨਿਕਲ ਜਾਂਦਾ? ਤਕਰੀਬਨ 11 ਕਿਲੋ 1 ਕੁਇੰਟਲ ਗੰਨੇ 'ਚੋਂ ਨਿਕਲਦਾ ਜੀ। ਅੱਛਾ, 11 ਦੀ ਰਿਕਵਰੀ ਆ? 11 ਤੋਂ ਸ਼ੁਰੂ ਹੁੰਦਾ ਜੀ, ਫਿਰ ਜਿਉਂ ਜਿਉਂ ਗੰਨਾ ਪੱਕੀ ਜਾਂਦਾ 12 ਕਿਲੋ 13 ਕਿਲੋ ਤੱਕ 'ਚ ਪਹੁੰਚ ਜਾਂਦਾ ਬਾਅਦ 'ਚ। ਠੀਕ ਹੈ ਜੀ। ਅਤੇ ਇਹ ਤੁਸੀਂ ਕਿਹੜੇ ਕਿਹੜੇ ਪ੍ਰੋਡਕਟ ਬਣਾ ਰਹੇ ਹੋ ਵੱਖੋ ਵੱਖ ਇਹਦੇ ਆਪਣੇ ਗੰਨੇ? ਸਾਡੇ ਦੇਖੋ ਜੀ, ਇੱਕ ਤਾਂ ਪਲੇਨ ਦੇਸੀ ਗੁੜ ਹੈ ਸਾਡਾ, ਬਹੁਤ ਵਧੀਆ ਹੈ। ਦੂਜੇ ਨੰਬਰ 'ਤੇ ਸਾਡਾ ਸੌਂਫ ਵਾਲਾ ਗੁੜ ਹੈ, ਸੌਂਫ ਅਜਵਾਇਣ ਪਾਉਂਦੇ ਇਕੱਲੀਆਂ 'ਚ। ਉਹ ਤੋਂ ਬਾਅਦ ਜੀ ਸਾਡੀ ਮੂੰਗਫਲੀ ਵਾਲੀ ਟਿੱਕੀ ਹੈ, ਗਿਰੀ ਵਾਲੀ ਬੋਲਦੇ ਹਾਂ ਉਹਨੂੰ ਅਸੀਂ। ਹਾਂਜੀ, ਕੁਛ ਤਿਲ, ਸੌਂਫ, ਅਜਵਾਇਣ, ਮੂੰਗਫਲੀ, ਗਿਰੀ, ਨਾਰੀਅਲ, ਬੇਸਣ, ਮਗਜ਼, ਉਹ ਪੈਂਦੇ ਨੇ। ਉਹ ਤੋਂ ਬਾਅਦ ਇੱਕ ਤਿਲ ਵਾਲੀ ਵਰਾਇਟੀ ਹੈ ਜੀ, ਤਿਲ ਭੁੰਨ ਕੇ ਬਣਾਉਂਦੇ ਇਹਨੂੰ। ਆਮ ਗੁੜ ਤੁਸੀਂ ਕੀ ਰੇਟ ਵੇਚ ਰਹੇ ਹੋ? ਆਮ ਗੁੜ 50 ਰੁਪਏ ਕਿਲੋ ਵੇਚਦੇ। ਅੱਛਾ, ਲੋਕ ਨਾ ਅਸੀਂ ਉਹ ਅੱਗੇ ਪਿੱਛੇ ਵੀ ਮੁੰਡਿਆਂ ਨੂੰ ਲਾਇਆ ਬੱਬਣਪੁਰਾ ਚਾਚਾ ਭਤੀਜਾ ਨੇ, ਉਹ 'ਚ ਲੋਕਾਂ ਦੇ ਕਮੈਂਟ ਆ ਰਹੇ ਨੇ ਕਿ 60 ਕੁ ਰੁਪਏ ਆਪਾਂ ਨੂੰ ਵਾਰਾ ਖਾਂਦਾ, ਵੀ ਇਹ ਘੱਟ ਰੇਟ 'ਤੇ ਕਿਉਂ ਵੇਚਿਆ ਜਾ ਰਿਹਾ? ਨਾ ਨਾ, 50 ਰੁਪਏ ਨੂੰ ਵੀ 2 ਪੈਸੇ ਬਣਦੇ ਨੇ ਜੀ, ਕੋਈ ਐਸੀ ਗੱਲ ਨਹੀਂ ਹੈ। ਅੱਛਾ, ਰਸ ਅਸੀਂ ਬਣਾਉਂਦੇ ਹਾਂ ਆਪਾਂ, ਬਾਕੀ ਅਸੀਂ ਹੋਰ ਕਹਿੰਦੇ ਪਬਲਿਕ ਤੰਗ ਨਾ ਹੋਵੇ। ਅੱਛਾ, ਸਾਡੇ ਨਾਲ ਇੱਕ ਨਿਰਾਪਰਾ ਪ੍ਰੋਪਰਟੀ, ਸਾਡਾ ਸੇਵਾ ਭਾਵਨਾ। ਸੇਵਾ ਭਾਵਨਾ ਨਾਲ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਇੱਕ ਘੁਲਾੜ ਲਾਉਣ ਵਾਸਤੇ ਜੇ ਜਿਵੇਂ ਨਵੇਂ ਮੁੰਡਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ, ਲਾਉਣਾ ਚਾਹੀਦਾ ਕਿ ਨਹੀਂ? ਪੜ੍ਹੇ ਲਿਖੇ ਬੇਰੁਜ਼ਗਾਰ ਨੇ 1000 ਰੁਪਏ ਤੋਂ ਬਿਨਾਂ ਨਹੀਂ ਜੀ ਕੰਮ ਚੱਲਦਾ ਇਹ। ਅੱਛਾ, ਆ ਪਹਿਲਾਂ ਟ੍ਰੇਨ ਲਵੇ, ਫਿਰ 2 ਪੈਸੇ ਵੀ ਕੋਲ ਚਾਹੀਦੇ ਨੇ, ਕਿਉਂਕਿ ਮਹਿੰਗਾ ਕੰਮ ਹੈ ਜੀ ਸਾਰਾ। ਫਿਰ ਗੰਨੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ, 099 ਗੰਨਾ ਪੀਟਦੇ ਹਾਂ ਅਸੀਂ, ਉਸੇ ਦੀ ਵਰਾਇਟੀ ਵਧੀਆ ਬਣਦੀ ਹੈ। ਤੁਸੀਂ 099? ਹਾਂ, ਜਾਂ 85, ਦੋਨੋਂ ਦਾ ਟੌਪ 'ਤੇ ਬਣਦਾ ਜੀ ਗੁੜ। ਅੱਛਾ, ਇਹਨਾਂ 'ਚੋਂ ਜਿਹੜਾ ਲੰਬਾ ਸਮਾਂ ਰੱਖਣਾ, 1-2 ਸਾਲ ਗੁੜ, ਤਾਂ ਵਰਾਇਟੀ ਇਹਨਾਂ ਦੋਨਾਂ 'ਚੋਂ ਕਿਹੜੀ ਵਧੀਆ? ਇਹਨਾਂ 'ਚੋਂ 099 ਔਰ 85 ਦੋਨੋਂ ਸੇਮ ਨੇ ਜੀ, ਦੋਨੇ ਵਧੀਆ। ਹਾਂ, ਇਹਨੂੰ 99 ਨੂੰ ਕੀੜਾ ਨਹੀਂ ਪੈਣ ਲੱਗੇ? ਲਾਲ ਜਿਹੜਾ ਲੱਗ ਗਿਆ ਜੀ, ਬਈ ਚੰਗੀ ਸੰਭਾਲ ਕਰਦੇ ਨੇ, ਕੁਛ ਨਹੀਂ ਵਿਗੜਦਾ ਤਾਂ। ਅੱਛਾ, ਹਾਂ, ਉਹ ਬੇਗੌਰੀ ਨਾਲ ਹੀ ਹੋਇਆ ਸੀ। ਤੁਹਾਡੇ ਜਿਹੜਾ ਘੁਲਾੜ ਦੇ ਕੋਲ ਖੜਾ, ਇਹ ਆਪਣਾ ਹੀ ਕਹਿੰਦਾ ਜੀ ਸਾਰਾ, ਬਹੁਤ ਲੰਬਾ, ਬਹੁਤ ਵਧੀਆ ਜੀ, ਸੇਵਾ ਬੜੀ ਕਰੀ ਲੱਗਦੀ। ਹਾਂਜੀ ਹਾਂਜੀ, ਕਿਹੜੀ ਵਰਾਇਟੀ ਹੈ? ਇਹ ਆਪਣਾ 099 ਹੈ ਜੀ। ਠੀਕ ਹੈ ਜੀ। ਅਤੇ ਇਹਦੇ 'ਤੇ ਇੱਕ ਘੁਲਾੜ ਦੇ ਉੱਪਰ ਲਾਗਤ ਕਿੰਨੀ ਆ ਗਈ ਤੁਹਾਡੀ? ਲਾਗਤ ਤਾਂ ਜੀ, ਹੁਣ ਅਸੀਂ ਲੰਬੇ ਸਮੇਂ ਤੋਂ ਚਲਾਇਆ ਕੰਮ, ਪਹਿਲਾਂ ਛੋਟਾ ਕੰਮ ਸ਼ੁਰੂ ਕਰਿਆ ਸੀ, ਉਸ ਤੋਂ ਬਾਅਦ ਹਰ ਸਾਲ ਵਧਾਉਂਦੇ ਚਲੇ ਗਏ ਹਾਂ। ਫਿਰ ਵੀ ਜੇ ਕਿਸੇ ਨੇ ਨਵਾਂ ਸ਼ੁਰੂ ਕਰਨਾ ਹੋਵੇ, ਕਿਉਂਕਿ ਹੁਣ ਇਸ ਟਾਈਮ ਤਾਂ 15 ਲੱਖ ਦਾ ਪ੍ਰੋਜੈਕਟ ਹੈ ਇਹ। ਠੀਕ ਹੈ ਜੀ, ਕਿਉਂਕਿ ਜਿਹੜੇ ਤੁਹਾਡੀ ਵੀਡੀਓ ਨੂੰ ਨਾ ਇਕੱਲਾ ਲੋਕਾਂ ਨੇ ਨਹੀਂ ਦੇਖਣਾ, ਇਹਨੂੰ ਸਕੂਲੀ ਜਿਹੜੇ ਬੱਚੇ ਨੇ ਨਾ ਉਹਨਾਂ ਨੇ ਵੇਖਣਾ। ਠੀਕ ਹੈ ਜੀ। ਅਤੇ ਜਾਣੀ ਇਹ ਤੁਹਾਡਾ, ਜੇ ਆਪਾਂ ਮੰਨ ਕੇ ਚੱਲੀਏ, ਉਸ ਤੋਂ 5 ਲੱਖ ਤੋਂ ਘੱਟੋ ਘੱਟ ਸਟਾਰਟ ਹੋਊਗਾ? ਨਾ ਜੀ, ਸਟਾਰਟ ਘੱਟ ਵੀ ਹੋ ਜਾਂਦਾ, ਪਰ ਫਿਰ ਉਹਦਾ ਪ੍ਰੋਡਕਸ਼ਨ ਨਹੀਂ ਉਨੀ ਬਣਦੀ। ਅੱਛਾ, ਹੁਣ ਜਿਵੇਂ ਆਪਣਾ ਮਿਆਰੀ ਬਣਾਉਣਾ, ਹੁਣ ਜਾਲੀ ਲਾਈ ਹੈ, ਸਾਰਾ ਕੁਝ ਜਾਲੀ ਦੇ ਬਿਜਲੀ ਦੀ ਸਾਰਾ ਸਾਰਾ ਬੰਦ ਕਰਿਆ ਹੋਇਆ, ਦੇਖਿਆ ਨਾ, ਮੱਖੀ ਮੱਛਰ ਤੋਂ ਪੂਰਾ ਧਿਆਨ ਰੱਖਦੇ ਜਿੰਨਾ ਵੀ ਹੈ, ਸਫਾਈ ਜ਼ਰੂਰੀ ਹੈ ਕੁਆਲਿਟੀ ਬਣਾਉਣ ਦੇ ਵਾਸਤੇ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਜਿਸ ਤਰ੍ਹਾਂ ਇੱਕ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਾਂਗਾ, ਜਿਵੇਂ ਅੰਦਰ ਇਹ ਜਿਹੜੇ ਤੁਹਾਡੇ
ਮਜ਼ਦੂਰ ਜਿਹੜੇ ਬੰਦੇ ਲੱਗੇ ਹੋਣੇ, ਕਿੰਨੇ ਬੰਦੇ ਰੱਖੇ ਹੋਣੇ ਤੁਸੀਂ? ਇਹ ਘੱਟੋ ਘੱਟ 13-12 ਬੰਦੇ ਕੰਮ ਕਰਦੇ ਨੇ। ਅੱਛਾ, ਇੱਕ ਦਿਨ 'ਚ ਕਿੰਨਾ ਗੁੜ ਤਿਆਰ ਕਰਦੇ ਹੋ? ਗੁੜ ਕਰਦੇ 10-12 ਕੁਇੰਟਲ ਕਰਦੇ ਨੇ ਇੱਕ ਦਿਨ 'ਚ। ਹੋ ਜਾਂਦਾ ਨਹੀਂ, ਵਿਕਰੀ ਹੋ ਜਾਂਦੀ? ਵਿਕਰੀ ਸਾਡੀ ਤਕਰੀਬਨ ਪੂਰਾ ਨਹੀਂ ਹੋ ਰਿਹਾ ਜੀ, ਡਿਮਾਂਡ ਇੰਨੀ ਹੈ, ਕੁਆਲਿਟੀ ਵਧੀਆ ਕਰਕੇ। ਚਮਕੌਰ ਸਿੰਘ ਜੀ ਸਟੇਟ ਅਵਾਰਡ ਜੇਤੂ ਨੇ ਜੀ, ਅਤੇ ਸਾਨੂੰ ਕਹਿ ਰਹੇ ਇਹਨਾਂ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ, ਅਚਾਨਕ ਇਹਨਾਂ ਨਾਲ ਮੇਲ ਹੋ ਗਿਆ, ਅਤੇ ਇੱਕ ਦਿਨ 'ਚ 10-12 ਕੁਇੰਟਲ ਜਿਹੜਾ ਗੁੜ ਪੈਦਾ ਕਰ ਰਹੇ ਨੇ। ਅਤੇ ਤੁਹਾਨੂੰ ਜੇ ਮੋਟੇ ਤੌਰ 'ਤੇ ਮੁਨਾਫਾ ਕਿੰਨਾ ਹੁੰਦਾ ਇੱਕ ਦਿਨ 'ਚ? ਮੁਨਾਫਾ ਠੀਕ ਐਵਰੇਜ ਤਾਂ ਜੀ ਪੈਂਦੀ ਨਹੀਂ ਕੋਈ ਇਹਦੀ ਸਹੀ, ਕਿਉਂਕਿ ਵਿੱਚ ਨਹੀਂ। ਕੁਇੰਟਲ ਦੇ ਉੱਪਰ ਖਰਚਾ ਕਿੰਨਾ ਆਉਂਦਾ ਜੀ? ਖਰਚਾ ਤਾਂ ਜੀ ਕਾਫੀ ਆਉਂਦਾ ਇਹਦਾ, ਹੁਣ ਇਹਦਾ ਐਵਰੇਜ ਹੁਣ ਕਿਲੋ ਕੀ ਰੇਟ ਪੈਂਦਾ? ਕਿਲੋ ਸਾਨੂੰ ਪੈਂਦਾ ਜੀ ਤਕਰੀਬਨ 40 ਰੁਪਏ ਕਿਲੋ ਹੈ। ਉਹੀ ਖਰਚਾ ਹੈਗਾ ਅੰਦਰ ਨਾ ਕਮਾਉਂਦੇ 10 ਰੁਪਏ? ਹਾਂਜੀ ਹਾਂਜੀ ਠੀਕ ਹੈ ਜੀ। ਜਾਣੀ ਜੇ ਤੁਸੀਂ ਇੱਕ ਦਿਨ 'ਚ ਆਪਣੇ 50,000 ਰੁਪਏ ਦਾ ਵੇਚ ਰਹੇ ਹੋ, ਤੁਹਾਨੂੰ ਸਿਰਫ 10,000 ਰੁਪਏ ਮਿਲ ਰਹੇ, ਜਾਣੀ ਮਹੀਨੇ ਦੇ ਵਿੱਚ ਲਗਭਗ 3 ਲੱਖ ਰੁਪਏ। 13 ਮਜ਼ਦੂਰ ਨੇ ਤੁਹਾਡੇ? ਹਾਂ, 13 ਮਜ਼ਦੂਰ ਨੇ ਜੀ, ਬਾਕੀ ਖਰਚੇ ਡੀਜ਼ਲ ਦੇ ਖਰਚੇ ਪੈਂਦੇ ਨੇ। ਅੱਛਾ, ਹਾਂ, ਗੰਨੇ ਦਾ ਵੀ ਖਰਚਾ ਪੈਣਾ, ਦੇਖ ਲਓ ਚੱਕ ਚਕਾਈ ਦਾ, ਹੋਰ ਸਾਰਾ। ਠੀਕ ਹੈ ਜੀ, ਮਤਲਬ ਰੱਖ-ਰਖਾਵ ਦਾ ਪੈਂਦਾ ਜੀ, ਬਿਜਲੀ ਫੁੱਕਦੀ ਹੈ, ਸਾਰਾ ਕੁਛ ਹੈ ਜੀ। ਠੀਕ ਹੈ ਜੀ। ਅਤੇ ਮਜ਼ਦੂਰਾਂ ਦਾ ਕਿੰਨਾ ਪੈ ਜਾਂਦਾ ਮਹੀਨੇ ਦਾ? ਮਜ਼ਦੂਰਾਂ ਦਾ ਜੀ ਤਕਰੀਬਨ ਅਸੀਂ ਇਹਨਾਂ ਨੂੰ ਹੁਣ 6 ਰੁਪਏ ਕਿਲੋ ਬਣਵਾਈ ਦਿੰਦੇ ਹਾਂ। ਅੱਛਾ, ਚਲੋ ਇਹ ਕਿਲੋ ਉਹਦੇ ਵਿੱਚ ਹੀ ਆ ਗਿਆ ਜੀ। ਠੀਕ ਹੈ, ਠੀਕ ਹੈ ਜੀ। ਅਤੇ ਤੁਸੀਂ ਕਿਹੜੀਆਂ ਕਿਹੜੀਆਂ ਵਰਾਇਟੀਆਂ ਹੁਣ ਇੱਥੇ ਤਿਆਰ ਕਰੀਆਂ ਨੇ? ਅਸੀਂ ਇੱਕ ਤਾਂ ਸਿੰਪਲ ਗੁੜ ਕਰਿਆ ਜੀ ਤਿਆਰ, ਪਹਿਲਾਂ ਤਾਂ ਅਸੀਂ ਸ਼ੁਰੂ ਤੋਂ ਕਰ ਰਹੇ ਹਾਂ, ਸੌਂਫ ਵਾਲਾ ਗੁੜ ਵੀ ਸ਼ੁਰੂ ਤੋਂ ਕਰ ਰਹੇ ਹਾਂ, ਅਤੇ ਫਿਰ ਅਸੀਂ ਤਿਲ, ਸੌਂਫ, ਅਜਵਾਇਣ, ਮੂੰਗਫਲੀ ਦੀ ਗਿਰੀ, ਨਾਰੀਅਲ, ਬੇਸਣ, ਮਗਜ਼ ਪਾ ਕੇ ਟਿੱਕੀ ਤਿਆਰ ਕਰੀ ਹੈ ਜੀ। ਦੂਸਰੀ ਤਿਲ ਵਾਲੀ ਭੁੰਨ ਕੇ ਤਿਲ ਟਿੱਕੀ ਕਰੀਏ ਤਿਆਰ। ਇੱਕ ਅਲਸੀ ਵਾਲਾ ਗੁੜ ਤਿਆਰ ਕਰਦੇ ਹਾਂ ਜੀ, ਅਲਸੀ ਦੀ ਪੰਜੀਰੀ ਵੀ ਕਰਦੇ ਹਾਂ, ਇੱਕ ਮੈਡੀਕੇਟਡ ਤਿਆਰ ਕੀਤਾ ਜੀ। ਜਿਹੜਾ ਮੈਡੀਕੇਟਡ ਹੈ ਇਹ ਮੜਿਆ ਦਿਖਾਇਓ ਉੱਧਰ, ਹਾਂਜੀ ਆਹ ਦੇਖੋ ਜੀ, ਆਹ ਵਾਲਾ ਦੇਖੋ ਉੱਥੇ, ਸੌਂਫ, ਅਜਵਾਇਣ, ਲੌਂਗ, ਮਗਾ, ਇਹ ਬੈਗ ਤੋਂ, ਜੋੜਾਂ ਦੇ ਦਰਦ ਤੋਂ, ਕਬਜ਼ ਵਾਸਤੇ, ਹਾਜ਼ਮੇ ਵਾਸਤੇ, ਤੇ ਯੂਰਿਕ ਐਸਿਡ ਦਾ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਦੇ। ਸ਼ੂਗਰ ਵਾਲਾ ਵੀ ਇਹਨੂੰ ਖਾ ਸਕਦਾ, ਵਰਤ ਸਕਦਾ, ਇਹਨੂੰ ਲਿਮਿਟ ਦੇ ਵਿੱਚ ਆਰਾਮ ਨਾਲ ਵਰਤ ਕਈ ਕਹਿੰਦੇ ਨੇ ਬਣਦੀ ਹੈ ਇਹਦੀ, ਤੇ ਬਾਕੀ ਇਹਨੂੰ ਵਰਤ ਵੈਸੇ ਵੀ ਖਾ ਸਕਦੇ ਆਪਾਂ। ਸਾਨੂੰ ਕਮੈਂਟਾਂ ਦੇ ਵਿੱਚ ਕਈ ਕਹਿ ਰਹੇ ਨੇ ਵੀ ਇਹ ਸ਼ੂਗਰ ਵਾਲਾ ਨਹੀਂ ਖਾ ਸਕਦਾ। ਇਹ ਤਾਂ ਦੇਖੋ ਜੀ, ਸ਼ੂਗਰ ਟੈਸਟ ਕਰਾ ਕੇ ਸ਼ੁਰੂ ਕੀਤਾ ਲੋਕਾਂ ਨੇ, ਤੇ ਉਹਨਾਂ ਦਾ ਸ਼ੂਗਰ ਵਧਿਆ ਨਹੀਂ ਹੈ 90%। ਹਾਂ, ਘਟਿਆ ਜ਼ਰੂਰ ਆ ਥੋੜ੍ਹਾ ਬਹੁਤ। ਠੀਕ ਹੈ ਦੋਸਤੋ, ਇਹ ਸ਼ੂਗਰ ਵਾਲਾ ਮਰੀਜ਼ ਵੀ ਇਸ ਨੂੰ ਲੈ ਸਕਦਾ, ਤੇ ਇੱਕ ਜ਼ਿੰਮੇਵਾਰ ਇਨਸਾਨ ਨੇ, ਆਪਾਂ ਕਿਸੇ ਕੱਚਕਰੜ ਮਤਲਬ ਬੰਦੇ ਕੋਲ ਨਹੀਂ ਖੜੇ, ਇਹਨਾਂ ਦੀ ਜ਼ਿੰਮੇਵਾਰੀ ਵੀ ਹੈ, ਜੇ ਕੋਈ ਪ੍ਰੋਬਲਮ ਆਉਂਦੀ ਕਿਸੇ ਨੂੰ ਆਪਾਂ ਇਹ ਜ਼ਿੰਮੇਵਾਰ ਨੇ, ਜਵਾਬ ਦੇਣੇ ਬੰਦੇ। ਇਹਨੂੰ ਬਣਾਈ ਜਾ ਨਾਲ, ਇੱਕ ਵਾਰੀ ਇਹਨੂੰ ਬਲਰਾਜ ਨੂੰ ਵਿਖਾ ਦੇਈ ਹੁਣੇ। ਹਾਂਜੀ ਬਲਰਾਜ ਜੀ, ਸਵਾਗਤ ਹੈ ਜੀ ਤੁਹਾਡਾ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਬਲਰਾਜ ਜੀ, ਆਮ ਨਾ ਜਿਸ ਤਰ੍ਹਾਂ ਅਸੀਂ ਇਹ ਤੁਹਾਡਾ ਗੁੜ ਬਣਾ ਰਹੇ ਨੇ, ਤੁਹਾਡੇ ਮਜ਼ਦੂਰ ਜੀ, ਆਮ ਲੋਕਾਂ ਦਾ ਇਹ ਕਥਨ ਹੈ ਵੀ ਕੱਚਾ ਗੁੜ ਉਤਾਰਦੇ ਨੇ ਜਿਹੜੇ ਘਲਾੜ ਲੱਗੇ ਹੋਏ ਨੇ ਸੜਕਾਂ ਦੇ ਕੰਢੇ ਤੇ। ਜੀ ਜੀ ਜੀ, ਕੀ ਕਹਿਣਾ ਚਾਹੋਗੇ? ਆਪਣੇ ਸਰ ਦੇਖੋ, ਤੁਸੀਂ ਜਿਹੜਾ ਉੱਥੋਂ ਬਾਹਰੋਂ ਜੂਸ ਆ ਰਿਹਾ ਗੰਨੇ ਦਾ ਰਸ, ਉੱਥੇ ਆ ਕੇ ਪਹਿਲੇ ਘਲਾੜ ਦੇ ਵਿੱਚ ਗਰਮ ਹੋ ਰਿਹਾ ਜੀ, ਉਹ ਤੋਂ ਬਾਅਦ ਦੂਜੇ ਵਿੱਚ ਉੱਥੋਂ ਦੀ ਮੈਲ ਕੱਟੀ ਜਾਂਦੀ ਹੈ ਕੁਦਰਤੀ ਤਰੀਕੇ ਨਾਲ, ਆਫਟਰ ਦੈਟ ਦੂਜੇ ਤੋਂ ਲੈ ਕੇ ਤੀਜੇ ਦੇ ਵਿੱਚ ਆ ਕੇ ਬਿਲਕੁਲ ਪੱਕ ਜਾਂਦਾ ਜੀ ਇਹ। ਜਦੋਂ ਜਿਹੜੇ ਕੱਚੇ ਵਾਲੀ ਗੱਲ ਆ ਜੀ, ਲੋਕ ਉਹਦਾ ਵੋਲਿਊਮ ਵਧਾਉਣ ਦੇ ਮਾਰੇ ਜਦੋਂ ਪੱਕ ਜਾਂਦਾ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਕੱਚਾ ਰਸਾ ਪਾ ਦਿੰਦੇ ਆ। ਠੀਕ ਹੈ ਜੀ, ਇਹ ਬਲਰਾਜ ਜੀ ਨੇ ਗੱਲ ਬਹੁਤ ਵਧੀਆ ਦੱਸੀ ਹੈ। ਇਹ ਕਹਿੰਦੇ ਵੀ ਜਦੋਂ ਉਹ ਕੜਾਹੇ ਦੇ ਵਿੱਚੋਂ ਕੱਢ ਲਿਆ ਗਿਆ, ਆਪਾਂ ਇੱਧਰ ਪੱਕਿਆ ਹੋਇਆ ਪਾ ਲਿਆ, ਪਰ ਜਿਹੜੇ ਸ਼ਰਾਰਤੀ ਲੋਕ ਨੇ ਉਹ ਕੀ ਕਰਦੇ ਨੇ ਵਿੱਚ ਉਸੇ ਟਾਈਮ ਕੱਚਾ ਪਾ ਦਿੰਦੇ ਨੇ। ਪਾ ਦਿੰਦੇ ਜੀ, ਹਾਂਜੀ ਠੀਕ ਹੈ ਜੀ। ਇਹ ਹੁਣ ਬਿਲਕੁਲ ਪੱਕਿਆ ਹੋਇਆ ਘਾਣਾ ਜੀ, ਉਹ ਦੇਖੋ ਹੁਣ ਨਾਲ ਦੀ ਨਾਲ ਪ੍ਰੋਸੈਸ ਚੱਲ ਰਿਹਾ, ਤੁਸੀਂ ਖੁਦ ਦੇਖ ਸਕਦੇ ਹੋ, ਤਾਂ ਆਹ ਤੁਸੀਂ ਚੈੱਕ ਕਰ ਸਕਦੇ ਹੋ, ਹੁਣ ਸੁੱਕੂਗਾ, ਖਾ ਕੇ ਦੇਖੋ, ਟੇਸਟ ਦਾ ਪਤਾ ਲੱਗ ਜਾਣਾ ਜੀ ਤੁਹਾਨੂੰ। ਇਹਦੀ ਲਾਲੀ ਵੀ ਦੱਸ ਰਹੀ ਹੈ? ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਅਤੇ ਇਹ ਕਿੰਨੀ ਮਿਕਦਾਰ ਜਿਹੜਾ ਕੱਢਿਆ ਜਾਂਦਾ ਰਸ, ਕਿੰਨਾ ਪਾਇਆ ਜਾਂਦਾ ਇੱਕ ਵਾਰੀ 'ਚ?
ਇਹਦਾ ਤੁਸੀਂ ਦੇਖੋ ਜੀ ਪੂਰਾ ਭਰ ਜਾਂਦਾ ਜਦੋਂ ਰਸ, ਅਤੇ ਵੈਸੇ ਇਹ ਇੱਕ ਕੁਇੰਟਲ ਗੰਨੇ 'ਚੋਂ 11 ਕਿਲੋ ਬਣਦਾ ਜੀ ਐਵਰੇਜ, ਯਾਨੀ ਇਹ ਜਿਹੜੀ ਇੱਕ ਤੁਸੀਂ ਇਹ ਚਾਸ਼ਣੀ ਇਹ ਉਤਾਰ ਰਹੇ ਹੋ, ਹਾਂਜੀ ਹਾਂਜੀ, ਐਵਰੇਜ ਇਹ ਕਿੰਨਾ ਕੁ ਹੋ ਜਾਂਦਾ ਹੈ? ਐਵਰੇਜ ਤੁਸੀਂ ਲਾ ਕੇ ਚੱਲੋ ਵੀ ਇਹਦੇ ਵਿੱਚ 50 ਤੋਂ 60 ਕਿਲੋ ਹੋ ਜਾਂਦਾ ਜੀ ਇਹ। ਠੀਕ ਹੈ, ਇਹ ਜਾਣੀ ਬਣਿਆ ਹੋਇਆ ਗੁੜ 50-60 ਕਿਲੋ ਹੈ? ਨਹੀਂ ਨਹੀਂ, ਜਿਹੜਾ ਰਸਾ ਪਾਉਂਦੇ ਹਾਂ ਜੀ। ਰਸ, ਹਾਂਜੀ ਹਾਂਜੀ, ਜਾਣੀ ਇਹ ਫਿਰ ਕਿੰਨਾ ਹੋਇਆ? ਇਹ 8-10 ਕਿਲੋ ਹੈ? 10ਵਾਂ ਹਿੱਸਾ ਬਣ ਜਾਂਦਾ ਜੀ ਉਹਦਾ ਇਹ। ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਵਧੀਆ। ਅਤੇ ਆਇਓ ਇੱਧਰ ਦਿਖਾ ਦਿਓ ਕਰਨੀ ਤਾਂ। ਅੱਛਾ, ਇੱਕ ਤੁਸੀਂ ਜਾਣੀ ਉੱਧਰੋਂ ਰਸ ਪੁਣ ਕੇ ਆ ਰਿਹਾ ਤੁਹਾਡਾ ਸਾਹਿਬ? ਰਸ ਬਿਲਕੁਲ ਪੁਣ ਕੇ ਆ ਰਿਹਾ ਜੀ, ਤੁਸੀਂ ਦੇਖ ਸਕਦੇ ਹੋ ਉੱਥੋਂ, ਅਤੇ ਬੰਦੇ ਬਿਠਾਏ ਹੋਏ ਆ ਸਾਰੇ, ਬਿਲਕੁਲ ਕਲੀਅਰ ਆ, ਕੋਈ ਇੱਦਾਂ ਦੀ ਕੋਈ ਆਪਾਂ ਓਹਲੇ ਵਾਲੀ ਗੱਲ ਨਹੀਂ ਰੱਖੀ, ਸਾਰਾ ਕੁਝ ਸਾਹਮਣੇ ਹੋ ਰਿਹਾ ਜੀ ਤੁਹਾਡੇ। ਮੱਖੀ ਮੱਛਰ ਨਹੀਂ ਆ ਰਿਹਾ? ਮੱਖੀ ਮੱਛਰ ਹੈ ਨਹੀਂ, ਜਾਲੀ ਲੱਗੀ ਹੋਈ ਹੈ ਚਾਰੇ ਪਾਸੇ, ਬਿਲਕੁਲ ਕੁਦਰਤੀ ਤਰੀਕੇ ਨਾਲ ਪਕਾਇਆ ਜਾ ਰਿਹਾ ਜੀ ਉਸਨੂੰ। ਠੀਕ ਹੈ, ਠੀਕ ਹੈ। ਅੱਛਾ, ਇਹਨੂੰ ਸਾਫ਼ ਕਰਨ ਵਾਸਤੇ ਮੈਲ ਨੂੰ ਭਿੰਡੀ ਵਰਤਦੇ ਜਾਂ ਕੈਮੀਕਲ? ਭਿੰਡੀ ਵਰਤਦੇ ਜੀ, ਭਿੰਡੀ ਦੇ ਜੜ ਵਰਤਦੇ ਹਾਂ, ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ। ਇਹ ਸਾਡਾ ਇੱਥੇ ਮਾਨਤਾ ਪ੍ਰਾਪਤ ਆ ਜੀ ਪੰਜਾਬ ਸਰਕਾਰ ਤੋਂ, ਕੋਈ ਐਸੀ ਗੱਲ ਨਹੀਂ ਹੈ, ਬਿਲਕੁਲ ਔਰਗੈਨਿਕ ਘਲਾੜ ਆ ਜੀ ਸਾਡਾ। ਹਾਂਜੀ, ਜੋਗਾ ਸਿੰਘ ਜੀ, ਚਮਕੌਰ ਸਿੰਘ ਜੀ ਸਟੇਟ ਅਵਾਰਡ ਇਹਨਾਂ ਨੂੰ ਮਿਲਿਆ, ਹਾਂਜੀ ਹਾਂਜੀ, ਤੁਹਾਨੂੰ ਮਿਲਿਆ ਜਾਣੀ, ਬਿਲਕੁਲ ਜੀ। ਅਤੇ ਇੱਕ ਜਿਹੜਾ ਆਮ ਲੋਕ ਕਹਿੰਦੇ ਨੇ ਵੀ ਜਿਹੜੇ ਸੜਕਾਂ ਦੇ ਕੰਢੇ ਯੂਪੀ ਤੋਂ ਆਏ ਨੇ ਜਾਂ ਲੋਕ ਜੀ, ਉਹ ਖੰਡ ਵਗੈਰਾ ਰਲਾਉਂਦੇ ਨੇ, ਕੀ ਆਪਣੇ ਪੰਜਾਬੀ ਲੋਕ ਇੱਦਾਂ ਕਰ ਰਹੇ ਨੇ? ਨਹੀਂ ਜੀ, ਦੇਖੋ ਜਿਹਨੂੰ ਇੱਦਾਂ ਹੁੰਦਾ ਵੀ ਅੱਜ ਇੱਕ ਸਾਲ ਹੈਗੇ, ਅਗਲੇ ਸਾਲ ਹੈ ਨਹੀਂ, ਆਪਣਾ ਬੋਰੀ ਬਿਸਤਰਾ ਚੱਕ ਕੇ ਤੁਰੇ ਜਾਂਦੇ ਆ, ਉਹ ਇਹੋ ਜਿਹਾ ਕੰਮ ਕਰਦੇ ਆ। ਹੁਣ ਸਾਨੂੰ ਤਾਂ ਅੱਜ 8ਵਾਂ ਸਾਲ ਆ ਜੀ ਇੱਥੇ। ਅੱਛਾ, ਅਸੀਂ ਤਾਂ ਜੰਮੇ ਹੋਏ ਆ, ਸਾਡਾ ਨਾਮ ਬਣਿਆ। ਠੀਕ ਹੈ, ਇੰਡੀਆ ਲੈਵਲ 'ਤੇ ਬਾਹਰ ਤੋਂ ਬਹੁਤ ਆਰਡਰ ਆਉਂਦੇ ਆ, ਕੁਇੰਟਲ ਹਿਸਾਬ ਨਾਲ, NRI ਸਾਡਾ ਬਹੁਤ ਕਸਟਮਰ ਆ ਜੀ, ਤਾਂ ਕਰਕੇ ਅਸੀਂ ਤਾਂ ਆਪਣਾ ਨਾਮ ਬਣਾਇਆ ਜੀ। ਅਸੀਂ ਤੁਹਾਨੂੰ ਬਲਰਾਜ, ਭਵਿੱਖ ਕਿੱਦਾਂ ਦਾ ਲੱਗਦਾ ਸਾਨੂੰ ਜੀ? ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਬਾਹਰ ਨੂੰ ਜਾਂਦੇ ਆ, ਆਇਲਸ ਕਰਕੇ ਆਪਣਾ ਬ੍ਰੇਨ ਡਰੇਨ ਹੋ ਰਿਹਾ, ਪੰਜਾਬ ਦਾ ਪੈਸਾ ਬਾਹਰ ਜਾ ਰਿਹਾ, ਉਹਦੇ ਨਾਲੋਂ ਜੇ ਇੱਥੇ ਕੋਈ ਸਹਾਇਕ ਧੰਦਾ ਅਪਣਾਇਆ ਜਾਵੇ, ਕੁਛ ਇੱਥੇ ਸ਼ੁਰੂ ਕੀਤਾ ਜਾਵੇ, ਪੰਜਾਬ ਸਰਕਾਰ ਵੀ ਹੈਲਪ ਕਰਦੀ ਆ ਛੋਟੇ ਲਾਹੇਵੰਦ ਧੰਦਿਆਂ ਦੇ ਵਿੱਚ, ਅਤੇ ਇਹਦੇ ਵਿੱਚ ਕਾਫ਼ੀ ਆਪਾਂ ਨਾਮਣਾ ਖੱਟ ਸਕਦੇ ਹਾਂ। ਤੁਹਾਡਾ ਘਲਾੜ ਲਾਉਣ ਵਾਸਤੇ ਪੰਜਾਬ ਸਰਕਾਰ ਨੇ ਕਰੀ ਹੈਲਪ ਕੋਈ? ਸਾਡੇ ਹੈਲਪ ਕਰ ਜਿਹੜੇ ਆਪਣੇ ਸੰਬੰਧਿਤ ਅਧਿਕਾਰੀ ਨੇ, DC ਸਾਹਿਬ ਹੋ ਗਏ, ਆਪਣੇ SSP ਸਾਹਿਬ ਹੋ ਗਏ, ਉਹ ਇੱਥੇ ਆਉਂਦੇ ਰਹਿੰਦੇ ਆ, ਸਾਨੂੰ ਹੱਲਾਸ਼ੇਰੀ ਦਿੰਦੇ ਆ ਜੀ। ਬਾਕੀ PAU ਦਾ ਬਹੁਤ ਵਡਮੁੱਲਾ ਯੋਗਦਾਨ ਆ ਜੀ ਸਾਨੂੰ ਖੜ੍ਹੇ ਕਰਨ ਦੇ ਵਿੱਚ। ਠੀਕ ਹੈ, ਯਾਨੀ PAU ਦਾ ਤੁਸੀਂ ਯੋਗਦਾਨ ਮੰਨਦੇ ਹੋ? ਹਾਂਜੀ ਹਾਂਜੀ, ਸਾਨੂੰ ਪ੍ਰਫੁੱਲਿਤ ਕਰਦੇ ਨੇ। ਉਹਨਾਂ ਦਾ ਇੱਕ ਆਤਮਾ ਕਲੱਬ ਬਣਿਆ ਹੋਇਆ, ਜਿੱਥੇ ਇੱਥੇ ਮੇਲਾ ਲੱਗਦਾ ਕੋਈ, ਅਸੀਂ ਲੈ ਕੇ ਜਾਂਦੇ ਹਾਂ, ਆਪਦਾ ਸਟਾਲ ਲਾਉਂਦੇ ਆ ਜੀ, ਉੱਥੇ ਬਹੁਤ ਹੰਗਾਰਾ ਮਿਲਦਾ ਸਾਨੂੰ। ਇੱਕ ਮੈਂ ਕਹਿਣੀ ਚਾਹਾਂਗਾ, ਜਿਹੜੀ ਜਿੰਨੀ ਇਹਨਾਂ ਦੀ ਗਾਹਕੀ ਦੱਸੀ, ਜਿੰਨੇ ਲੋਕ ਇੱਥੋਂ ਖਰੀਦ ਰਹੇ ਨੇ ਇਹਨਾਂ ਦੇ ਘਲਾੜ ਤੋਂ, ਅਤੇ ਅੰਕਲ ਜਿਹੜੀ ਤੁਹਾਡੇ ਦੱਸ ਰਹੇ ਸਨ ਚਮਕੌਰ ਸਿੰਘ ਜੀ ਵੀ ਸਾਡੇ ਤੋਂ ਗੋੜੀ ਨਹੀਂ ਪੂਰਾ ਆ ਰਿਹਾ? ਨਹੀਂ, ਪੂਰਾ ਨਹੀਂ ਹੋ ਰਿਹਾ ਜੀ, ਸਾਨੂੰ ਆਰਡਰ ਪਹਿਲਾਂ ਹੀ ਆ ਜਾਂਦਾ। ਹੁਣ ਅੱਜ ਹਰਿਆਣੇ ਤੋਂ ਬੰਦੇ ਆਏ ਹੋਏ ਸੀਗੇ, ਇਹ ਆਪਣਾ ਬਣਵਾ ਕੇ ਲੈ ਗਏ ਸਾਰਾ ਹੀ ਜਿੰਨਾ ਅੱਜ ਸੀਗਾ। ਇਹਦਾ ਮਤਲਬ ਵੀ ਜੇ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਵੀ ਘਲਾੜ ਲੱਗਦੇ ਨੇ, ਇੱਕ ਲੋਕਾਂ ਦੀ ਸਿਹਤ ਠੀਕ? ਤੁਸੀਂ ਉਹਨਾਂ ਰੋਡ 'ਤੇ ਦੇਖੋ, 8 ਤੋਂ 9 ਘਲਾੜ ਨੇ ਜੀ ਇੱਥੋਂ ਮਲੇਰਕੋਟਲੇ ਧੂਰੀ ਰੋਡ 'ਤੇ, ਸਾਰੇ ਵਧੀਆ ਧੰਦਾ ਕਰ ਰਹੇ ਨੇ ਜੀ, ਕੋਈ ਇੱਦਾਂ ਹੈ ਨਹੀਂ ਵੀ ਵਿਹਲਾ ਨਹੀਂ ਬੈਠਾ ਹੈਗਾ। ਬਿਲਕੁਲ ਸਹੀ ਹੈ ਬਲਰਾਜ ਜੀ ਨੇ ਤੁਸੀਂ ਕਿਹਾ, ਜਿੰਨੇ ਅਸੀਂ ਘਲਾੜ ਵੇਖੇ ਉਹਨਾਂ ਕੋਲ ਗੁੜ ਨਹੀਂ ਹੈਗਾ ਜੀ, ਰੈਡੀ ਤਿਆਰ ਨਹੀਂ ਹੈਗਾ ਬਣ ਰਿਹਾ। ਬਿਲਕੁਲ ਜੀ, ਬਿਲਕੁਲ, ਠੀਕ ਹੈ ਜੀ। ਸੋ ਜਾਣੀ ਕੁੱਲ ਮਿਲਾ ਕੇ ਤੁਹਾਡੇ ਨਾਲ ਸਿਹਤ ਨੂੰ ਤੁਸੀਂ ਪੂਰਾ ਧਿਆਨ ਦੇ ਰਹੇ ਹੋ, ਲੋਕਾਂ ਦੀ ਖਿਲਵਾੜ ਨਹੀਂ ਕਰ ਰਹੇ? ਨਹੀਂ ਜੀ, ਨਹੀਂ, ਬਿਲਕੁਲ, ਠੀਕ ਹੈ ਜੀ। ਅਤੇ ਜਿਹੜੇ ਪੰਜਾਬ ਦੇ ਕਿਸਾਨ ਨੇ, ਤੁਸੀਂ ਮੈਨੂੰ ਅੰਕਲ ਜੀ ਉਹਨਾਂ ਨੇ ਦੱਸਿਆ ਸੀ ਵੀ ਤੁਸੀਂ ਜਿਹੜੇ ਤੁਹਾਡੇ ਸੰਬੰਧਿਤ ਸਾਥੀ ਨੇ ਹੋਰ ਘੁਲਾੜ ਚੱਲਦੇ ਨੇ ਜਿਨ੍ਹਾਂ ਦੇ, ਉੱਥੇ ਵੀ ਤੁਸੀਂ ਫੇਰੀ ਪਾਉਂਦੇ ਰਹਿੰਦੇ ਹੋ, ਤੁਹਾਨੂੰ ਕੋਈ ਇੱਦਾਂ ਦਾ ਨਹੀਂ ਲੱਗਦਾ ਪੰਜਾਬੀ ਕਿਸਾਨ ਜਿਹੜੇ ਨੇ ਕੋਈ ਸ਼ਰਾਰਤੀ ਕੰਮ ਪੁੱਠੇ ਕੰਮਾਂ ਨੂੰ ਸ਼ੁਰੂ ਹੋਏ? ਆਪਣੇ ਪੰਜਾਬ ਦੀ ਕੌਮ ਹੀ ਇੱਦਾਂ ਦੀ ਆ ਜੀ, ਸਾਰੇ ਵੀ ਮਿਹਨਤ ਦੇ ਵਿੱਚ ਯਕੀਨ ਰੱਖਦੇ ਨੇ, ਹੱਕ ਸੱਚ ਦਾ ਖਾਂਦੇ ਆ ਜੀ, ਕੋਈ ਇੱਦਾਂ ਦਾ ਸ਼ਾਰਟਕੱਟ ਨਹੀਂ ਕੋਈ ਅਪਣਾਉਂਦਾ, ਕਿਉਂਕਿ ਹਰ ਬੰਦਾ ਅੱਜ ਕੱਲ੍ਹ ਆਪਦਾ ਨਾਮ ਬਣਾ ਖੱਟਣਾ ਚਾਹੁੰਦਾ, ਕੋਈ ਆਪਦਾ ਪ੍ਰੋਡਕਟ ਤਿਆਰ ਕਰਕੇ ਆਪਦਾ ਨਾਮ ਬਣਾਉਣਾ ਚਾਹੁੰਦਾ ਜੀ ਪ੍ਰੋਡਕਟ ਦਾ, ਤਾਂ ਕਰਕੇ ਅਗਰ ਇਹੋ ਜਿਹਾ ਕੁਛ ਕਰਨਗੇ ਤਾਂ 2 ਜਾਂ 4 ਸਾਲ ਹੀ ਚੱਲੂ, ਉਸ ਤੋਂ ਬਾਅਦ ਬੋਰੀ ਇਸ ਤਰ੍ਹਾਂ ਪੰਜਾਬ ਦੇ ਭਵਿੱਖ ਵਾਸਤੇ ਚੱਲਣਾ ਚਾਹੀਦਾ ਨਹੀਂ? ਚੰਗਾ ਗੱਲ ਆ ਜੀ, ਵਧੀਆ ਗੱਲ ਆ, ਸਹਾਇਕ ਧੰਦੇ ਹੋਣੇ ਚਾਹੀਦੇ। ਠੀਕ ਹੈ, ਅਤੇ ਬਲਰਾਜ ਜੀ ਜਿਹੜਾ ਖਰਚਾ ਆਇਆ ਤੁਹਾਡੇ ਸਾਰੇ ਘਲਾੜ ਦੇ ਉੱਪਰ, ਐਵਰੇਜ ਕਿੰਨੀ ਕੁ ਇਨਵੈਸਟਮੈਂਟ? ਇਨਵੈਸਟਮੈਂਟ ਤਾਂ ਜੀ 8 ਤੋਂ 10 ਲੱਖ ਤੋਂ ਸ਼ੁਰੂ ਕੀਤਾ ਸੀ ਅਸੀਂ,
ਹਰ ਸਾਲ ਥੋੜ੍ਹਾ ਬਹੁਤ ਐਡ ਆਨ ਹੋਈ ਜਾਂਦਾ, ਕੋਈ ਨਵੀਂ ਚੀਜ਼ ਆਪਾਂ ਸੋਧ ਕਰਦੇ ਹਾਂ, ਕੋਈ ਵੱਡਾ ਕਰਦੇ ਹਾਂ, ਜਾਂ ਫਿਰ ਆਪਣਾ ਘਲਾੜ ਵੱਡਾ ਕੀਤਾ ਸੀਗਾ, ਥੋੜ੍ਹਾ ਭੱਠੀਆਂ ਬਦਲਦੀਆਂ ਨੇ, ਅਗਲੇ ਸਾਲ ਵੱਡੀਆਂ ਹੋਰ ਕਰਾਂਗੇ, ਤਾਂ ਕਰਕੇ ਖਰਚਾ ਤਾਂ ਐਡ ਆਨ ਹੋਈ ਜਾਂਦਾ, ਬਟ ਉਹ ਖਰਚੇ ਨਿਕਲ ਹੀ ਜਾਂਦੇ ਜੀ ਨਾਲ। ਇੱਕ ਬਲਰਾਜ ਜੀ, ਇਹ ਦੱਸੋ ਨਵੇਂ ਬੱਚੇ ਜਿਹੜੇ ਨੌਜਵਾਨ ਨੇ ਜਿਹੜੇ ਲਾਉਣਾ ਚਾਹੁੰਦੇ ਨੇ, ਇਹਨਾਂ ਦਾ ਮਟੀਰੀਅਲ ਕਿੱਥੋਂ ਮਿਲਦਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਕਿ ਉਹ ਕਿਸਾਨ ਦਾ ਨੁਕਸਾਨ ਨਾ ਹੋਵੇ? ਮਟੀਰੀਅਲ ਸਾਨੂੰ ਸੰਪਰਕ ਕਰ ਸਕਦੇ ਹੋ ਜੀ, ਬਾਕੀ ਇਹ ਹਰਿਆਣਾ ਸਮਾਲਖਾ ਤੋਂ ਜ਼ਿਆਦਾ ਘਲਾੜ ਮਿਲਦੇ ਆ, ਜਾਂ ਯੂਪੀ ਦੇ ਵਿੱਚ ਆਪਾਂ ਨੂੰ ਜ਼ਿਆਦਾ ਪਾਏ ਜਾਂਦੇ ਆ ਘਲਾੜ ਸਮਾਨ ਜਿਹੜਾ ਉੱਥੋਂ ਲੈ ਕੇ। ਪੁਰਾਣਾ ਉੱਥੋਂ ਲੈ ਲਏ? ਨਹੀਂ, ਅਸੀਂ ਉੱਥੋਂ ਤਿਆਰ ਹੁੰਦੇ ਆ ਜੀ, ਬਣਵਾ ਕੇ ਲੈ ਕੇ ਆਉਂਦੇ ਹਾਂ। ਯੂਪੀ 'ਚ? ਯੂਪੀ ਕਿਹੜੀ ਜਗ੍ਹਾ ਤੇ? ਯੂਪੀ ਦੇ ਵਿੱਚ ਕਾਫੀ ਜਗ੍ਹਾ ਨੇ, ਅਸੀਂ ਹਰਿਆਣੇ 'ਚ ਸਮਾਲਖਾ ਪੈਂਦਾ ਜੀ, ਉੱਥੋਂ ਲਿਆ ਸੀ ਘਲਾੜ। ਹਰਿਆਣੇ 'ਚ ਸਮਾਲਖਾ? ਹਾਂਜੀ ਹਾਂਜੀ, ਠੀਕ ਹੈ ਜੀ। ਕਿਉਂਕਿ ਇਸ ਤੁਹਾਡੀ ਜਾਣਕਾਰੀ, ਕਿਉਂਕਿ ਤੁਹਾਡਾ ਇੱਕ, ਮੈਂ ਗੁਰਦਾਸ ਜੀ ਹੋਰ ਕਹਿਣਾ ਚਾਹਾਂਗਾ, ਇਹਨਾਂ ਦਾ ਫੋਨ ਨੰਬਰ ਪਿਆਰੇ ਦਰਸ਼ਕੋ ਇਸ ਸਕਰੀਨ ਦੇ ਨੀਚੇ ਤੁਸੀਂ ਵੇਖ ਰਹੇ ਹੋ, ਹੇਠਾਂ ਵੇਖ ਰਹੇ ਹੋ। ਜੇ ਕਿਸੇ ਨੇ ਗੁੜ ਲੈਣਾ, ਸ਼ੱਕਰ ਲੈਣੀ ਹੈ, ਇਹਨਾਂ ਵੱਲੋਂ ਗਰੰਟੀ ਹੋਊਗੀ ਖਰਾਬ ਹੋਣ ਦੀ ਵੀ, ਜੇ ਖਰਾਬ ਹੁੰਦਾ ਇਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਉਲਾਮਾ ਦੇ ਸਕਦੇ ਹੋ, ਇਹ ਜਵਾਬਦੇਹ ਨੇ। ਅਤੇ ਜੇ ਕਿਸੇ ਨੇ ਕੋਈ ਇਹ ਕੰਮ ਕਰਨਾ, ਟ੍ਰੇਨਿੰਗ ਲੈਣੀ ਹੈ, ਇਹਨਾਂ ਨੇ ਟ੍ਰੇਨਿੰਗ ਕਿੱਥੋਂ ਲਈ ਇਹ ਦੱਸ ਚੁੱਕੇ ਨੇ, ਪਰ ਫਿਰ ਵੀ ਹੇਠਾਂ ਸਕਰੀਨ 'ਤੇ ਇਹਨਾਂ ਦਾ ਲਗਾਤਾਰ ਨੰਬਰ ਆ ਰਿਹਾ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬਲਰਾਜ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ, ਧੰਨਵਾਦ। ਅੱਛਾ ਜੀ, ਆਹ ਹੁਣ ਬਣਾਉਣ ਲੱਗ ਗਿਆ ਪੇਸੀਆਂ ਦੇ, ਮਤਲਬ ਕਿੱਦਾਂ ਕੀ ਬੋਲਾਂ ਦੱਸੋ? ਅਤੇ ਇਹ ਹੁਣ ਇਹ ਪੇਸੀਆਂ ਬਣਾਈਆਂ ਜਾ ਰਹੀਆਂ ਨੇ? ਹਾਂਜੀ, ਇਹ ਗੁੜ ਦੀਆਂ ਨੈਚੁਰਲ ਪੇਸੀਆਂ ਬਣਾ ਰਹੇ ਹਾਂ ਜੀ। ਅਤੇ ਇਹਦੇ ਵਿੱਚ ਜਸਟ ਇਹ ਹੈ ਕਿ ਬਿਲਕੁਲ ਔਰਗੈਨਿਕ ਤਰੀਕੇ ਨਾਲ ਤਿਆਰ ਆ ਜੀ ਇਹ ਦੇਸੀ ਗੁੜਾ, ਅਤੇ ਅਲੱਗ ਅਲੱਗ ਪ੍ਰੋਡਕਟ ਬਣਦਾ ਜੀ। ਹੁਣ ਇਹ ਦੇਸੀ ਬਣਾ ਰਹੇ ਹਾਂ ਅਸੀਂ, ਦੇਸੀ ਗੁੜ ਆਪਣਾ ਜਿਹੜਾ ਨੋਰਮਲ ਹੈਗਾ, ਤੇਲਾਂ ਵਾਲਾ ਬਣਦਾ, ਸੌਂਫ ਅਜਵਾਇਣ ਵਾਲਾ ਬਣਦਾ, ਬਾਕੀ ਅਲੱਗ ਅਲੱਗ ਤਰ੍ਹਾਂ ਦੇ ਸ਼ੱਕਰ ਹੈਗੀ ਆ, ਬਾਕੀ ਮੈਡੀਕੇਟਡ ਗੁੜ ਤੁਹਾਨੂੰ ਫਾਦਰ ਸਾਹਿਬ ਨੇ। ਕਿੰਨੇ ਕਿੰਨੇ ਰੇਟ ਰੱਖੇ ਹੋਣ ਤੁਸੀਂ? ਰੇਟ ਉੱਧਰ ਸਾਰਾ ਤੁਹਾਨੂੰ ਦੱਸ ਚੁੱਕੇ ਹਾਂ ਜੀ ਪਹਿਲਾਂ ਹੀ ਅਸੀਂ, ਅਤੇ ਇੱਕ ਵਾਰ ਮੈਂ ਉੱਥੇ ਤੁਹਾਨੂੰ ਦਿਖਾ ਦਿੰਦਾ ਪ੍ਰੋਡਕਟ ਸਾਰੇ ਫਾਈਨਲ, ਉੱਥੇ ਤੁਹਾਨੂੰ ਰੇਟ ਵਾਈਜ਼ ਦੱਸ ਦਾਂਗੇ ਕੀ ਕੀ ਰੇਟ ਰੱਖਿਆ ਹੋਇਆ ਜੀ। ਉਹ ਤਾਂ ਚਲੋ ਫਿਰ ਹੋ ਗਿਆ ਉਹਨਾਂ ਦਾ। ਹਾਂਜੀ ਹਾਂਜੀ।